ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਗੁਰਪ੍ਰੀਤ ਸਿੰਘ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਜੋ ਮੈਨੂੰ ਆਰਡਰ ਹੋਇਆ ਸੀ ਮੇਰੇ ਵੀਰਾਂ ਵੱਲੋਂ ਕਿ ਦਾੜ੍ਹੀ ਕਿਵੇਂ ਬੰਨ੍ਹੀ ਜਾਈਦੀ ਹੈ ਅਤੇ ਉਹਦੇ ਬਾਰੇ 'ਚ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਪੇਸ਼ ਹੋ ਰਹੇ ਹਾਂ ਅਤੇ ਉਸਦੇ ਮਤਲਬ ਤੁਹਾਡੇ ਨਾਲ ਜੋ ਵੀ ਚੀਜ਼ਾਂ ਆਪਾਂ ਨੂੰ ਲੋੜੀਂਦੀਆਂ ਨੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਦੇ ਜਾਵਾਂਗੇ। ਜਿਵੇਂ ਜਿਵੇਂ ਜੋ ਜੋ ਕੰਮ ਆਪਾਂ ਨੇ ਕਰਨੇ ਹੈਗੇ ਆ ਉਹ ਤੁਹਾਨੂੰ ਸਾਰੀ ਚੀਜ਼ ਦੱਸਦੇ ਜਾਵਾਂਗੇ। ਪਲੀਜ਼ ਸੁਣਨਾ ਧਿਆਨ ਨਾਲ ਦੇ। ਸਭ ਤੋਂ ਪਹਿਲਾਂ ਆਪਣੀ ਜਿਹੜੀ ਦਾੜ੍ਹੀ ਹੈਗੀ ਹੈ ਉਹ ਥੋੜ੍ਹੀ ਜਿਹੀ ਨਰਮ ਹੋਣੀ ਚਾਹੀਦੀ ਹੈ। ਨਰਮ ਮੀਨਸ ਤੁਸੀਂ ਕਿ ਗਿੱਲੀ ਨਾ ਹੋਵੇ, ਥੋੜ੍ਹੀ ਜਿਹੀ ਨਰਮ ਹੋਣੀ ਚਾਹੀਦੀ ਹੈ। ਨਰਮ ਯਾਨੀ ਕਿ ਬਾਹਲੀ ਸੁੱਕੀ ਨਾ ਹੋਵੇ, ਕਿਉਂਕਿ ਕੇਸ ਆਪਣੇ ਸਾਰੇ ਜੇ ਬਿਲਕੁਲ ਡਰਾਈ ਹੋਣਗੇ, ਸੁੱਕੇ ਹੋਣਗੇ, ਤਾਂ ਜਿਹੜੀ ਆਪਾਂ ਨੇ ਫਿਕਸ ਓਇਲ ਨੂੰ ਲਗਾਉਣੀ ਹੈਗੀ ਹੈ ਉਹ ਪ੍ਰੋਪਰ ਆਪਣਾ ਕੰਮ ਨਹੀਂ ਕਰ ਪਾਏਗੀ। ਅਤੇ ਥੋੜ੍ਹੀ ਜਿਹੀ ਨਰਮੀ ਰੱਖ ਕੇ ਆਪਾਂ ਨੇ ਜਿਹੜੇ ਫਿਕਸ ਓ ਲਗਾਉਣੀ ਹੈਗੀ ਹੈ, ਫਿਕਸ ਓ ਥੋੜ੍ਹੀ ਜਿਹੀ ਜਿਵੇਂ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਿ ਰੁਪਈਏ ਕੁ ਸਮਾਨ, ਇਹ ਦੇਖੋ ਤਕਰੀਬਨ ਇੰਨੀ ਕੁ ਆਪਾਂ ਨੇ ਲਗਾ ਲੈਣੀ ਹੈਗੀ ਹੈ। ਜੇ ਵੱਧ ਹੋਵੇ ਤਾਂ ਆਪਾਂ ਵਾਪਸੀ ਇਹਦੇ 'ਚ ਬੋਟਲ 'ਚ ਵੀ ਪਾ ਸਕਦੇ ਹਾਂ। ਦੁਬਾਰਾ ਬ੍ਰਸ਼ ਲੈ ਕੇ ਬ੍ਰਸ਼ ਦੇ ਇੱਕ ਕਿਨਾਰੇ ਨਾਲ ਹਲਕਾ ਜਿਹਾ ਇੱਦਾਂ ਲਗਾ ਕੇ ਅਤੇ ਆਹ ਦਾੜ੍ਹੀ ਨੂੰ ਹਲਕੀ ਹਲਕੀ ਜਿਹੀ ਲਗਾਉਣਾ ਹੈ। ਸਿਰਫ ਲਗਾਉਣਾ ਆਪਾਂ ਨੇ ਉਸ ਤਰੀਕੇ ਨਾਲ ਹੈ ਕਿ ਆਪਣੀ ਇਕੱਲੀ ਦਾੜ੍ਹੀ 'ਤੇ ਆਪਣਾ ਜਿਹੜਾ ਬ੍ਰਸ਼ ਹੈਗਾ ਅਤੇ ਫਿਕਸੋ ਹੈਗੀ ਆ ਉਹ ਲੱਗੇ ਅਤੇ ਆਪਣੀ ਜਿਹੜੀ ਸਕਿੰਨ 'ਤੇ ਆ ਉਹ ਨਾ ਲੱਗੇ, ਕਿਉਂਕਿ ਸਕਿੰਨ 'ਤੇ ਲੱਗੀ ਇੱਕ ਤਾਂ ਉਸ ਚੀਜ਼ ਦਾ ਫਾਇਦਾ ਕੋਈ ਨਹੀਂ ਹੈਗਾ, ਦੂਸਰਾ ਇਹ ਬਰਬਾਦ ਵੀ ਜਾਵੇਗੀ, ਫਾਇਦਾ ਆਪਾਂ ਨੂੰ ਕੋਈ ਨਹੀਂ ਹੋਣਾ। ਹਲਕਾ ਹਲਕਾ ਜਿਹਾ ਇਹਨੂੰ ਸਾਰੇ ਵਾਲਾਂ 'ਤੇ ਆਪਾਂ ਨੇ ਲਗਾ ਲੈਣਾ, ਅਪਲਾਈ ਕਰ ਲੈਣਾ ਤਾਂ ਕਿ ਇਹ ਪ੍ਰੋਪਰ ਆਪਣਾ ਜੋ ਕੰਮ ਹੈ ਉਹ ਕਰੇ। ਇਹਦੇ ਨਾਲ ਹੀ ਇੱਕ ਚੀਜ਼ ਹੋਰ ਵੀ ਦੱਸਣੀ ਚਾਹੂੰਗਾ ਤੁਹਾਨੂੰ, ਕਿਉਂਕਿ ਬਹੁਤ ਸਾਰੇ ਵੀਰਾਂ ਨੂੰ ਇਸ ਚੀਜ਼ ਦਾ ਵਹਿਮ ਹੁੰਦਾ ਕਿ ਦਾੜ੍ਹੀ ਅਤੇ ਮੁੱਛਾਂ ਦੇ ਵਾਲ ਜਿਹੜੇ ਹੈਗੇ ਨੇ ਅਤੇ ਸਿਰ ਦੇ ਵਾਲ ਹੈਗੇ ਨੇ ਉਹ ਕਈ ਵਾਰ ਇੱਕ ਦੂਜੇ ਪਾਸੇ ਫਿਕਸ ਕਰ ਲੈਂਦੇ ਆ। ਲਓ ਜੀ ਆਪਣਾ ਜਿਹੜਾ ਵੀ ਸੀਗਾ ਆਪਣਾ ਲਿਕੁਇਡ ਸੀਗਾ ਫਿਕਸੋ ਉਹ ਸਾਰੀ ਆਪਾਂ ਨੇ ਅਪਲਾਈ ਕਰ ਲਈ ਹੈ ਹਲਕੀ ਹਲਕੀ ਜੀ, ਅਤੇ ਇਹਨੂੰ ਸਿਰਫ ਹਲਕਾ ਜਿਹਾ ਪ੍ਰੈਸ ਕਰ ਲਓ ਹੱਥ ਨਾਲ ਤਾਂ ਕਿ ਜਦੋਂ ਆਪਾਂ ਇਹਨੂੰ ਫਿਕਸ ਕਰਨਾ ਚੰਗੇ ਤਰੀਕੇ ਨਾਲ ਅਤੇ ਫਿਰ ਆਪਾਂ ਨੂੰ ਕੋਈ ਔਖ ਨਾ ਹੋਵੇ। ਇਹਨੂੰ ਹਲਕਾ ਜਿਹਾ ਰਬੜ ਲੈ ਕੇ ਜਿਹੜੀ ਮੈਂ ਤੁਹਾਨੂੰ ਦਾੜ੍ਹੀ ਦੀ ਗੱਲ ਕਰ ਰਿਹਾ ਸੀਗਾ, ਸਿਰ ਦੇ ਵਾਲ ਸਿਰ 'ਚ, ਦਾੜ੍ਹੀ ਦੇ ਦਾੜ੍ਹੀ 'ਚ ਅਤੇ ਮੁੱਛਾਂ ਦੇ ਮੁੱਛਾਂ 'ਚ ਇੱਦਾਂ ਰੱਖਣੇ ਆ ਵੀਰ, ਕਿਉਂਕਿ ਕਈ ਵੀਰ ਕਰਦੇ ਜਦੋਂ ਪੱਗ ਬੰਨਣੀ ਹੈ ਕਿਉਂਕਿ ਦਾੜ੍ਹੀ ਦੇ ਵਾਲ ਇੱਥੋਂ ਚੁੱਕ ਕੇ ਉੱਤੇ ਲੈ ਜਾਂਦੇ ਆ ਉਹ ਫਿਰ ਖਰਾਬ ਕਰਦੇ ਆ, ਲੁੱਕ ਵਧੀਆ ਨਹੀਂ ਬਣਦੀ। ਇਸੇ ਕਰਕੇ ਦੁਬਾਰਾ ਦੱਸ ਰਿਹਾ, ਸਿਰ ਦੇ ਵਾਲ ਇੱਥੋਂ ਸਿਰ 'ਚ, ਦਾੜ੍ਹੀ ਦੇ ਦਾੜ੍ਹੀ 'ਚ ਅਤੇ ਮੁੱਛਾਂ ਦੇ ਮੁੱਛਾਂ 'ਚ ਹੋਣ, ਨਾ ਮੁੱਛਾਂ ਦੇ ਵਾਲ ਦਾੜ੍ਹੀ 'ਚ ਹੋਣ ਨਾ ਦਾੜ੍ਹੀ ਦੇ ਸਿਰ 'ਚ, ਨਾ ਇੱਦਾਂ ਕਿਸੇ ਵੀ ਇੰਟਰਚੇਂਜ ਨਹੀਂ ਹੋਣੇ ਚਾਹੀਦੇ। ਇੱਥੇ ਫਿਰ ਆਪਾਂ ਨੇ ਹਲਕਾ ਜਿਹਾ ਇਹਨੂੰ ਫਿਕਸ ਕਰਕੇ ਹੱਥ ਨਾਲ, ਅਤੇ ਇੱਥੇ ਇੱਕ ਛੋਟੀ ਜਿਹੀ ਰਿਕੁਐਸਟ ਕਰੂੰਗਾ ਵੀ ਆਪਣਾ ਮੂੰਹ ਸਟ੍ਰੈਚ ਕਰਕੇ ਖੋਲ੍ਹ ਕੇ ਜਿਹੜੇ ਵਾਲ ਹੋਣ, ਜਿਵੇਂ ਇੱਥੇ ਆਪਾਂ ਨੇ ਰਬੜ ਮਾਰਨੀ ਹੈਗੀ ਹੈ, ਬਲੈਕ ਰਬੜ ਮੈਂ ਯੂਜ਼ ਕਰਦਾ ਜੀ, ਇਹਦੇ 2 ਜਾਂ 3 ਵਾਲ ਆਪਾਂ ਮਾਰ ਸਕਦੇ ਹਾਂ ਜਿੰਨਾ ਵੀ ਤੁਹਾਨੂੰ ਕਨਵੀਨੀਅੰਟ ਲੱਗੇ। ਇੱਦਾਂ ਆ ਹੋ ਜਾਣਾ, ਇੱਥੇ ਥੋੜ੍ਹਾ ਜਿਹਾ ਮੂੰਹ ਨੂੰ ਸਟ੍ਰੈਚ ਕਰ ਲਓ ਤਾਂ ਕਿ ਜਿਹੜੇ ਕੋਈ ਕਸਾਬ ਵਾਲਾਂ ਨੂੰ ਨਾ ਹੋਵੇ, ਅਤੇ ਕਿਉਂਕਿ ਜਦੋਂ ਆਪਾਂ ਬੰਨਣੀ ਹੈ ਦਾੜ੍ਹੀ ਉਦੋਂ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਬਾਅਦ 'ਚੋਂ। ਇੱਥੇ ਹੁਣ ਆਪਾਂ ਨੇ ਆ ਜਿਹੜਾ ਵਿੱਚ ਇਹਦੇ ਹਲਕਾ ਜਿਹਾ ਜਗ੍ਹਾ ਬਣਾਉਣੀ ਹੈਗੀ ਹੈ, ਇੱਥੇ ਆ ਸਾਰੀ ਥੋੜ੍ਹੀ ਜਿਹੀ ਚੀਜ਼ ਜਿਹੜੀ ਦਾੜ੍ਹੀ ਦਾ ਵਾਲ ਬਾਹਰ ਛੱਡ ਗਏ ਅਤੇ ਬਾਕੀ ਆਪਾਂ ਨੇ ਵਾਲ ਸਾਰੇ ਵਿੱਚ ਫਸਾ ਦੇਣੇ ਨੇ ਜਿਹੜੇ ਹੱਥ ਨਾਲ ਜਿਹੜੀ ਰਬੜ ਪਾਈ ਹੈਗੀ ਉਹਦੇ ਪਿਛਲੇ ਪਾਸੇ, ਮੋਹਰੇ ਦੇ ਵਾਲ ਆਪਣੇ ਹੈਗੇ ਆ ਅਤੇ ਪਿੱਛੇ ਜਿਹੜਾ ਚੀਜ਼ ਬਚ ਗਈ ਇਹਨੂੰ ਫਿਰ ਦੁਬਾਰਾ ਲੋਕ ਦਾ ਤੌਰ 'ਤੇ ਕੰਮ ਕਰੇਗੀ ਇਹ ਚੀਜ਼। ਇੱਥੇ ਹੋ ਗਿਆ ਜੀ, ਸੈੱਟ ਹੋ ਗਿਆ ਸਾਰਾ। ਇੱਥੇ ਫਿਰ ਆਪਾਂ ਨੇ ਕੱਪੜਾ ਬੰਨਣਾ ਜਿਹਨੂੰ ਕਿ ਠਾਠੀ ਵੀ ਕਹਿੰਦੇ ਆ, ਕੋਈ ਠਾਠੀ ਕਹਿੰਦਾ, ਅਤੇ ਇਹ ਆਪਾਂ ਨੇ ਫਿਕਸ ਕਰਕੇ ਇੱਥੇ ਇਹ ਬੰਨ ਲੈਣਾ ਜੀ ਕੱਪੜਾ। ਕਾਲਾ ਕੱਪੜਾ ਆਪਾਂ ਜ਼ਿਆਦਾ ਯੂਜ਼ ਕਰੀਦਾ ਕਿਉਂਕਿ ਇਹਦੇ 'ਚ ਰੰਗ ਦਾ ਵੀ ਠੀਕ ਰਹਿੰਦਾ ਇਹ। ਇੱਥੇ ਹਲਕਾ ਜਿਹਾ ਇਹਨੂੰ ਆ ਲਓ ਜੀ, ਇੱਥੇ ਕਰਕੇ ਬੰਨ ਲਈਦਾ। ਇੱਦਾਂ ਹੀ ਲਓ ਜੀ, ਦਾੜ੍ਹੀ ਹੋ ਗਈ ਸੈੱਟ, ਅਤੇ ਹੁਣ 10-15 ਕੁ ਮਿੰਟ, ਅੱਧਾ ਘੰਟਾ ਜਿੰਨਾ ਕੁ ਵੀ ਕਨਵੀਨੀਅੰਟਲੀ ਦਾੜ੍ਹੀ ਜਿਹੜੀ ਆਪਣੇ ਆਪ ਆਟੋਮੈਟਿਕਲੀ ਸੁੱਕ ਜਾਵੇ, ਬਿਨਾਂ ਕਿਸੇ ਡਰਾਇਰ ਤੋਂ, ਬਿਨਾਂ ਕਿਸੇ ਚੀਜ਼ ਤੋਂ ਆਪਣੇ ਆਪ ਜਿਹੜਾ ਸੁੱਕ।
ਲਓ ਜੀ, ਇਹ ਤਾਂ ਹੁਣ ਦਾੜੀ ਬੰਨੀ ਗਈ ਆਪਣੀ, ਰਹਿ ਗਿਆ ਸਵਾਲ ਮੁੱਛਣ ਦਾ, ਕਿਉਂਕਿ ਮੁੱਛ ਤੋਂ ਬਿਨਾਂ ਕੁਛ ਨਹੀਂ ਹੁੰਦਾ ਜੀ। ਅਤੇ ਇਸੇ ਨਾਲ ਇਸਦੇ ਕਰਕੇ ਆਪਾਂ ਮੁੱਛਾਂ ਦੇ ਵਾਸਤੇ ਮੁੱਛ ਮਰੋੜ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਹੇਅਰ ਫਿਕਸਰ ਇੰਗਲਿਸ਼ 'ਚ ਆਪਾਂ ਕਹਿੰਦੇ ਹਾਂ ਇਹਨੂੰ, ਮੁਸਟੈਸ਼ ਹੇਅਰ ਫਿਕਸਰ, ਅਤੇ ਉਹ ਥੋੜ੍ਹਾ ਜਿਹਾ ਅਪਲਾਈ ਕਰੀਦਾ ਮੁੱਛਾਂ 'ਤੇ, ਤਾਂ ਕਿ ਮੁੱਛਾਂ ਨੂੰ ਪ੍ਰੋਪਰ ਸ਼ੇਪ ਦਿੱਤੀ ਜਾ ਸਕੇ। ਜਿੰਨੀ ਵੀ ਜ਼ਰੂਰਤ ਹੈਗੀ ਆ ਤੁਹਾਨੂੰ ਲੋੜੀਂਦੀ ਮਾਤਰਾ 'ਚ, ਉਨਾ ਕੁ ਤੁਸੀਂ ਮੁੱਛਾਂ ਨੂੰ ਹਲਕਾ ਹਲਕਾ ਜਿਹਾ ਇਹ ਕਰੀਮ ਲਗਾਉਣੀ ਹੈਗੀ ਆ, ਮੁੱਛ ਮਰੋੜ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਜੀ। ਇਹ ਲਗਾ ਕੇ ਦੋਨੇ ਪਾਸੇ ਮੁੱਛਾਂ ਨੂੰ, ਹਲਕਾ ਹਲਕਾ ਜਿਹਾ, ਲਓ ਜੀ ਹੁਣ ਆਪਾਂ ਨੇ ਮੁੱਛ ਮਰੋੜ ਲਾ ਲਿਆ ਮੁੱਛਾਂ ਨੂੰ। ਅਤੇ ਹੁਣ ਆਹ ਪੱਟੀ ਬਣਾਈ ਹੋਈ ਹੈ ਇੱਕ ਹਲਕੀ ਜੀ, ਜਿਹੜੀ ਮੁੱਛਾਂ ਨੂੰ ਸ਼ੇਪ ਦੇਣ ਵਾਸਤੇ ਆਪਾਂ ਲਗਾ ਕੇ ਰੱਖਣੀ ਹੈ। ਲਓ ਜੀ ਇੱਥੇ ਇਹ ਵੀ ਬੰਨੀ ਗਈ, ਅਤੇ ਇਹਨੂੰ ਵੀ ਤਕਰੀਬਨ ਦਾੜੀ ਅਤੇ ਮੁੱਛਾਂ ਨੂੰ ਦੋਹਾਂ ਨੂੰ ਆਪਾਂ ਨੇ ਬੰਨ ਲਿਆ ਜਦੋਂ, ਅਤੇ ਇੱਥੇ ਜਿਹੜੀ ਬਾਕੀ ਆਪਣੇ ਵਾਲ ਬਾਹਰ ਰਹਿ ਗਏ ਥੋੜ੍ਹੇ ਬਹੁਤੇ, ਉਹ ਸੈੱਟ ਕਰ ਲਈਦੇ ਆ ਸਿਲਾਈ ਨਾਲ। ਇਹ ਤੋਂ ਬਾਅਦ ਹੁਣ ਦੋਸਤੋ ਤੁਸੀਂ ਪੁੱਛੋਗੇ ਕਿ ਇਹਨੂੰ ਆਪਾਂ ਨੇ ਖੋਲ੍ਹਣਾ ਕਿਵੇਂ ਆ। ਦੋਸਤੋ ਇਹ ਗੰਢਾਂ ਮਾਰੀਆਂ ਨੇ ਉੱਤੇ, ਇਹ ਜਦੋਂ ਆਪਾਂ ਨੇ ਪੱਗ ਬੰਨ੍ਹ ਲੈਣੀ ਹੈ, ਪੱਗ ਦਾ ਜਦੋਂ ਆਖਰੀ ਲੜ ਮਾਰ ਕੇ ਜਦੋਂ ਆਪਾਂ ਨੇ ਸਿਰ ਢੱਕਣਾ, ਉਦੋਂ ਪਿੱਛੋਂ ਉਹਨੂੰ ਕੱਪੜੇ ਨੂੰ ਉੱਤੇ ਚੁੱਕ ਕੇ ਅਤੇ ਉਦੋਂ ਇਹਨੂੰ ਖੋਲ੍ਹ ਕੇ, ਗੰਢਾਂ ਖੋਲ੍ਹ ਕੇ ਦੋਨੋਂ, ਉਦੋਂ ਉੱਤੋਂ ਸਿਰ ਢੱਕ ਦੇਣਾ ਆਪਾਂ ਨੇ। ਇਹ ਖੋਲ੍ਹਣੇ ਨਹੀਂ ਹੈਗੇ ਦੋਨੋਂ ਚੀਜ਼ਾਂ, ਉੱਤੇ ਸਿਰ ਇੱਦਾਂ ਹੀ ਢੱਕ ਦੇਣਾ ਕਿਉਂਕਿ ਗੰਢਾਂ ਖੁੱਲ੍ਹ ਗਈਆਂ ਨੇ ਆਪਣੀਆਂ। ਅਤੇ ਉਸ ਤੋਂ ਮਗਰੋਂ ਜਦੋਂ ਆਪਾਂ ਨੇ ਮੰਨ ਲਓ ਹੁਣੇ 5 ਮਿੰਟਾਂ 'ਚ ਪੱਗ ਵੀ ਤਿਆਰ ਬੰਨ੍ਹੀ ਜਾਣੀ ਆ, ਅਤੇ ਉਸ ਤੋਂ ਬਾਅਦ ਜੇ ਆਪਾਂ ਨੇ 10 ਮਿੰਟ 15 ਮਿੰਟ ਹੋਰ ਬੰਨ੍ਹ ਕੇ ਰੱਖਣਾ ਇਹ, ਅਤੇ ਸੁੱਕੇ ਤੋਂ ਬਾਅਦ ਇਹਨੂੰ ਐਜ਼ ਇਟ ਇਜ਼ ਸਿੰਪਲੀ ਗੰਢਾਂ ਖੁੱਲ੍ਹੀਆਂ ਹੋਣਗੀਆਂ, ਪੱਗ ਬੰਨ੍ਹੀ ਹੋਏਗੀ, ਅਤੇ ਸਿੰਪਲੀ ਆਪਾਂ ਨੇ ਖਿੱਚ ਕੇ ਦੋਨਾਂ ਨੂੰ ਮੁੱਛਾਂ ਤੋਂ ਵੀ ਅਤੇ ਦਾੜੀ ਤੋਂ ਵੀ ਇਹਨਾਂ ਨੂੰ ਖੋਲ੍ਹ ਦੇਣਾ, ਤਾਂ ਕਿ ਆਪਣੀ ਦਾੜੀ ਵੀ ਸਹੀ ਸਲਾਮਤ ਠੀਕ ਸੈੱਟ ਬੰਨ੍ਹੀ ਰਹੇ ਅਤੇ ਪੱਗ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਦੋਸਤੋ ਜੇ ਪਸੰਦ ਆਏ ਤਾਂ ਇਸ ਚੀਜ਼ ਨੂੰ ਜ਼ਰੂਰ ਇਖਤਿਆਰ ਕਰਨਾ ਤੁਸੀਂ, ਵੀਡੀਓ ਦੇਖਣ ਦੇ ਵਾਸਤੇ ਅਤੇ ਵੀਡੀਓ ਬਣਾਉਣ ਦੇ ਵਾਸਤੇ ਵੀ ਵੀਰ ਜੀ ਦਾ ਧੰਨਵਾਦ, ਅਤੇ ਵੇਖਣ ਵਾਸਤੇ ਤੁਹਾਡਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।